ਸਵਾਰ ਹੁੰਦੇ ਐ ਤੇ ਟਰੱਕ ਦਾ ਹੀ ਐਕਸੀਡੈਂਟ ਹੋ ਜਾਂਦਾ ਹੈ ਜਿਸ ਕਾਰਨ ਇੱਕ ਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਟਰੱਕ ਦੇ ਵਿੱਚ 16 ਦੇ ਕਰੀਬ ਜਵਾਨ ਜਿਹੜੇ ਉਹ ਦੱਸੇ ਜਾ ਰਹੇ ਨੇ ਜਿਹੜੇ ਇੱਕ ਗੰਭੀਰ ਰੂਪ ਦੇ ਨਾਲ ਹੁਣ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹ ਜਵਾਨ ਨੇ ਜਿਹੜੇ ਟਰੱਕ ਦੇ ਵਿੱਚ ਸਵਾਰ ਹੁੰਦੇ ਨੇ 16 ਦੇ ਕਰੀਬ ਜਵਾਨ ਦੱਸੇ ਜਾ ਰਹੇ ਆ ਔਰ ਟਰੱਕ ਦਾ ਅਚਾਨਕ ਐਕਸੀਡੈਂਟ ਹੋ ਜਾਂਦਾ ਹੈ ਕਾਰਨ ਕੀ ਰਹਾ ਹੈ ਪਿੱਛੇ ਦੀ ਉਹ ਜੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਨਾਂ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਬਟ ਬੇਖਦ ਮੰਦ ਭਾਗੀ ਖਬਰ ਹੈ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਜਵਾਨ ਦੀ ਮੌਤ ਹੋ ਚੁੱਕੀ ਹੈ ਔਰ 13 ਦੇ ਕਰੀਬ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਾਂ ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਬੀਐਸਐਫ ਦੀ ਟੁਕੜੀ ਦਾ ਟਰੱਕ ਪਲਟ ਗਿਆ ਜਿਸ ਕਾਰਨ ਇੱਕ ਜਵਾਨ ਦੀ ਮੌਤ ਤੇ 13 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਔਰ ਦੱਸ ਦੇਣਾ ਚਾਹਾਂਗਾ ਕਿ ਇਹ ਜੈਸਲਮੇਰ ਦੀ ਸਰਦ ਤੋਂ ਰਾਸ਼ਨ ਲੈ ਕੇ ਜਾ ਰਹੇ ਸੀਗੇ ਔਰ ਇਹ 149ਵੀਂ ਬਟਾਲੀਅਨ ਨਾਲ ਸੰਬੰਧ ਰੱਖਦੇ ਨੇ ਜਿਹੜੇ ਜਵਾਨਾਂ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਹੈ ਬੇहद ਵੱਡਾ ਹਾਦਸਾ ਮੰਦ ਭਾਗੀ ਖਬਰ ਹੈ ਕਿਉਂਕਿ ਦੇਸ਼ ਦੀ ਰਾਖੀ ਕਰਦੇ ਨੇ ਸੁਰੱਖਿਆ ਫੋਰਸ ਹੈ ਸੀਮਾ ਦੇ ਉੱਪਰ ਤਾਇਨਾਤ ਰਹਿੰਦੇ ਨੇ 24 ਘੰਟੇ ਔਰ ਇਹਨਾਂ ਦੇ ਨਾਲ ਐਡਾ ਵੱਡਾ ਹਾਦਸਾ ਵਾਪਰ ਜਾਣਾ ਔਰ ਸਾਰੇ ਹੀ ਲੋਕ ਜਿਹੜੇ ਨੇ ਕਹਿ ਰਹੇ ਨੇ ਕਿ ਜਲਦੀ ਤੋਂ ਜਲਦੀ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ 13 ਦੇ ਕਰੀਬ ਜਵਾਨ ਨੇ ਜਿਹੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਸਵੇਰੇ ਕਰੀਬ 5:30 ਵਜੇ ਦੇ 5:11 ਵਜੇ ਦੇ ਕਰੀਬ ਇਹ ਹਾਦਸਾ ਜਿਹੜਾ ਵਾਪਰ ਜਾਂਦਾ ਤਾਂ ਹੁਣ ਜਿਹੜਾ ਪੁਲਿਸ ਦੇ ਵੱਲੋਂ ਉਸ ਏਰੀਏ ਤੇ ਜਾ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕੀ ਕਾਰਨ ਰਹੀ ਨਹੀਂ ਟਰੱਕ ਕਿਸ ਕਾਰਨ ਪਲਟ ਗਿਆ ਪਲਟ ਕੇ ਜਿਹੜਾ ਖੱਡ ਚ ਡਿੱਗ ਜਾਂਦਾ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਨੌਜਵਾਨ ਜਿਹੜੇ ਨੇ ਬੀਐਸਐਫ ਦੇ ਜਵਾਨ ਜਿਹੜੇ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਇੱਕ ਜਵਾਨ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈ ਪਿੰਡ ਲੰਗਟਾਲਾ ਪਿੰਡ ਲੰਗਟਾਲਾ ਜੈਸਲਮੇਰ ਦੇ ਵਿੱਚ ਜਿੱਥੇ ਇਹ ਹਾਦਸਾ ਵਾਪਰਿਆ ਰਾਸ਼ਨ ਲੈ ਕੇ ਆ ਰਹੇ ਸੀ ਆਪਣੀ ਟੁਕੜੀ ਦੇ ਵਾਸਤੇ 149ਵੀਂ ਬਟਾਲੀਅਨ ਹੈ ਬੀਐਸਐਫ ਦੇ ਨਾਲ ਇਹ ਸਬੰਧ ਰੱਖਦੀ ਹੈ ਰਾਸ਼ਨ ਲੈ ਕੇ ਆ ਰਹੇ ਸੀਗੇ ਆਪਣੀ ਬਟਾਲੀਅਨ ਦੇ ਵਾਸਤੇ ਜਿਸ ਸਮੇ ਇਹ ਹਾਦਸਾ ਵਾਪਰਦਾ ਟਰੱਕ ਦੇ ਵਿੱਚ ਸਵਾਰ ਹੁੰਦੇ ਨੇ 16 ਦੇ ਕਰੀਬੇ ਬੀਐਸਐਫ ਦੇ ਜਵਾਨ ਨੇ ਜਿਸ ਸਮੇ ਇਹ ਹਾਦਸਾ ਵਾਪਰ ਜਾਂਦਾ ਪਿੰਡ ਲੰਗਟਾਲਾ ਦੇ ਵਿੱਚ ਫਿਰ ਉਸ ਤੋਂ ਬਾਅਦ ਦੇ ਵਿੱਚ ਟਰੱਕ ਜਿਹੜਾ ਪਲਟਣ ਦੇ ਕਾਰਨ 13 ਦੇ ਕਰੀਬ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਇੱਕ ਦੀ ਮੌਤ ਹੋ ਚੁੱਕੀ ਹੈ ਔਰ ਪੁਲਿਸ ਪ੍ਰਸ਼ਾਸਨ ਦਾ ਪੱਖ ਵੀ ਸਾਹਮਣੇ ਆਇਆ ਆ ਅਖਰ ਕਾਰਨ ਕੀ ਰਹੇ ਨੇ ਔਰ ਇਲਾਜ ਕਿਵੇਂ ਚੱਲ ਰਿਹਾ ਉਹ ਵੀ ਤੁਹਾਨੂੰ ਸੁਣਾਉਣੇ बी एस एफ में सेक्टर साउथ की बटालियन है वन फोर्टी नाइन उनका ट्रक बॉर्डर जा रहा था तो बॉर्डर में लंगतला के पास में ट्रक का एक्सीडेंट हो गया जिसमें टोटल सोलह बी एस एफ के अधिकारी और जवान थे जिनमें से तेरह इंजर्ड है और एक की उसमें डेथ हो गई है बाकी जो भी घायल हैं उनका उपचार यहाँ राजकीय चिकित्सालय जैसलमेर में किया जा रहा है बाकी सभी खतरे से बाहर है उनको ऑब्जर्वेशन में रखा गया है अभी दुर्घटना के कारणों का पता नहीं चला है उसका अभी पता लगाया जाएगा